ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਵਿਜੇ ਕੁਮਾਰ ਸਾਬਕਾ ਐਮਕੀ ਸੀ ਜਿਹੜਾ ਹਮੇਸ਼ਾ ਹੀ ਵੱਖਰੀ ਤੌਰ ਤੇ ਪ੍ਰਦਰਸ਼ਨ ਕਰ ਰਹੇ ਆ ਤੇ ਅੱਜ ਉਹ ਪ੍ਰਦਰਸ਼ਨ ਕਰ ਰਹੇ ਆ ਉਹਨਾਂ ਨਾਲ ਗੱਲਬਾਤ ਵੀ ਕਰਦੇ ਆ ਵੀ ਅੱਜ ਉਹ ਕੀ ਮਾਮਲਾ ਜਿਹੜਾ ਉਸ ਨੂੰ ਲੈ ਕੇ ਵਿਜੇ ਕੁਮਾਰ ਜੀ ਅੱਜ ਕਿਸ ਚੀਜ਼ ਨੂੰ ਲੈ ਕੇ ਪ੍ਰਦਰਸ਼ਨ ਦੁੱਧ ਨੂੰ ਲੈ ਕੇ ਪ੍ਰਦਰਸ਼ਨ ਆ ਜੀ ਦੁੱਧ ਦਾ ਦੇਖੋ ਰੇਟ ਦਿਨੋ ਦਿਨ ਵੱਧਦੇ ਜਾ ਰਹੇ ਕੋਈ ਆਉਣ ਵਾਲੇ ਟਾਈਮ 'ਚ ਕਿਸੇ ਟਾਈਮ ਤੇ 25 ਪੈਸੇ ਕਿਲੋ ਮਿਲਦਾ ਹੁੰਦਾ ਸੀ ਅੱਜ 65 ਰੁਪਏ ਲੀਟਰ ਹੋ ਗਿਆ ਇੰਨੀ ਮਹਿੰਗਾਈ ਵੱਧ ਗਈ ਹੈ ਲੋਕ ਤਰਾਹੀ ਤਰਾਹੀ ਕਰੀ ਜਾਂਦੇ ਜਿਹੜਾ ਰਸੋਈ ਦਾ ਬਜਟ 1000 ਰੁਪਏ ਸੀ ਅੱਜ 10000 ਤੋਂ ਘੱਟ ਰਸੋਈ ਦੇ ਵਿੱਚ ਸਮਾਨ ਨਹੀਂ ਪੈਂਦਾ ਜਿਹੜਾ ਦੁੱਧ 65 ਰੁਪਏ ਹੋ ਗਿਆ ਤੇ ਅੱਜ ਮੈਂ ਦੁੱਧ ਦੀ ਬੋਤਲਾਂ ਖਾਲੀ ਹੋ ਗਿਆ ਕਰੋੜਾਂ ਬੱਚੇ ਦੁੱਧ ਤੋਂ ਮੁਹਤਾਜ ਹੋ ਗਏ ਅੱਜ ਇਹ ਸੈਂਟਰ ਸਰਕਾਰ ਦੀ ਨਲੇਕੀ ਲਾ ਲਓ ਜਿਹੜੀਆਂ ਕੰਪਨੀਆਂ ਨੇ ਰੇਟ ਵਧਾਇਆ ਉਹਨਾਂ ਤੇ ਨੱਥ ਨਹੀਂ ਪਾਉਂਦੀ ਸੈਂਟਰ ਸਰਕਾਰ ਉਹਨਾਂ ਦੇ ਨੱਥ ਪਾਵੇ ਰੇਟ ਕੰਟਰੋਲ ਕਰੇ ਫਿਰ ਜਾ ਕੇ ਲੋਕ ਬਚਣਗੇ ਜਿੰਨੀਆਂ ਰਾਜਨੀਤਿਕ ਪਾਰਟੀਆਂ ਕੋਈ ਵੀ ਮਹਿੰਗਾਈ ਦੇ ਮੁੱਦੇ ਤੇ ਬੋਲਦੀਆਂ ਨਹੀਂ ਪਤਾ ਨਹੀਂ ਇਹਨਾਂ ਨਾਲ ਰਲੀਆਂ ਹੋਈਆਂ ਕੋਈ ਵੀ ਲੜਦਾ ਨਹੀਂ ਲੋਕਾਂ ਦੇ ਲਈ ਨਹੀਂ ਲੜਦਾ ਮੋਦੀ ਸਾਹਿਬ ਦੀ ਵੀ ਤੁਸੀਂ ਤਸਵੀਰ ਲਾਈ ਹੈ ਇਹਦਾ ਇਹਨਾਂ ਨੂੰ ਤਾਂ ਦਿਖਾ ਰਿਹਾ ਕਹਿੰਦੇ ਸੀ ਚੰਗੇ ਦਿਨ ਆਣਗੇ ਉਹ ਚੰਗੇ ਦਿਨ ਨੂੰ ਮੈਂ ਦਿਖਾ ਰਿਹਾ ਮੋਦੀ ਸਾਹਿਬ ਦੇਖੋ ਲੋਕ ਸੜਕਾਂ ਤੇ ਗਰੀਬ ਬੰਦਾ ਸਕਿਆ ਜਿਹੜਾ ਇੱਕ ਛੋਟਾ ਬੱਚਾ ਜਿਹਨੂੰ ਇਹ ਹੀ ਨਹੀਂ ਪਤਾ ਮੋਦੀ ਕੌਣ ਹੈ ਉਹਦੇ ਦੁੱਧ ਦੇ ਵੀ ਤੁਸੀਂ ਰੇਟ ਵਧਾਤੇ ਉਹਦੇ ਮੂੰਹ ਤੋਂ ਖੋਲਿਆ ਮੌਜੂਦਾ ਸੂਬਾ ਸਰਕਾਰ ਨੂੰ ਕਿਵੇਂ ਦੇਖਦੇ ਹੋ ਸੂਬਾ ਸਰਕਾਰ ਦੇ ਫਰਜ਼ ਬਣਦਾ ਵੀ ਜਿਹੜੀਆਂ ਇਹਨਾਂ ਕੋਲੇ ਜਿਵੇਂ ਬੇਰਕਾ ਵਰਗੀਆਂ ਕੰਪਨੀਆਂ ਉਹਦੇ ਰੇਟ ਨਾ ਵਧਨ ਦੇਣ ਜਦ ਨਹੀਂ ਵਧਨ ਦੇਣਗੇ ਤਾਂ ਕਾਮਯਾਬੇ ਨਹੀਂ ਤਾਂ ਆਉਣ ਵਾਲੇ ਟਾਈਮ ਦੇ ਅੰਦਰ ਵਿਰੋਧ ਤਾਂ ਸਭ ਦੀ ਹੋਣੀ ਹੈ ਲੋਕ ਤੁਹਾਡੇ ਤੇ ਹਮੇਸ਼ਾ ਹੀ ਮਜ਼ਾਕ ਕਰਦੇ ਆ ਜਾਂ ਦੋਸ਼ ਲਾਉਂਦੇ ਆ ਵੀ ਇਹ ਡਰਾਮੇਬਾਜ਼ਾਂ ਨੌਟੰਕੀ ਕਰਦੇ ਉਹਨਾਂ ਨੂੰ ਕੀ ਕਹਿਣਾ ਜਿਹੜਾ ਚੰਗਾ ਬੰਦਾ ਕੁਝ ਕਰੂਗਾ ਜੇ ਕੋਈ ਚੰਗਾ ਕਰੂਗਾ ਤਾਂ ਹੀ ਉਹਨੂੰ ਮਾੜਾ ਕਹਿਣਗੇ ਨਾ ਜੇ ਮਾੜਾ ਚੰਗਾ ਤਾਂ ਹੀ ਵੱਜਦਾ ਜੇ ਮਾੜਾ ਕਹਿਣਗੇ ਤਾਂ ਇਸ ਕਰਕੇ ਇਹ ਜਿਹੜੇ ਲੋਕ ਹੈ ਇਹ ਡਰਾਮੇਬਾਜ਼ ਆਪ ਹੈ ਜੇ ਮੈਂ ਡਰਾਮਾ ਕਰਦਾ ਇੱਕ ਦਿਨ ਸੜਕ ਤੇ ਆ ਕੇ ਮੇਰੇ ਵਾਂਗੂ ਡਰਾਮਾ ਕਰਕੇ ਤਾਂ ਦਿਖਾ ਦੇਣਾ ਕਰ ਦੇਣ ਮੈਂ ਮੰਨ ਜੂਗਾ ਤੁਸੀਂ ਇਹ ਪ੍ਰਦਰਸ਼ਨ ਕਰਦੇ ਹੋ ਪਰ ਲੋਕਾਂ 'ਚ ਜਿਹੜੀ ਜਾਗਰਤੀ ਆ ਨਹੀਂ ਰਹੀ ਕਿ ਦਾ ਕੀ ਕਾਰਨ ਮੰਨਦੇ ਹੋ ਲੋਕਾਂ ਦੀ ਜਾਗਰਤੀ ਹੈ ਲੋਕ ਜ਼ਿਆਦਾਤਰ ਲੋਕ ਤਮਾਸ਼ਬੀਨ ਬਣ ਗਏ ਆ ਉਹ ਆਪਦੇ ਫੇਸਬੁੱਕ ਤੇ ਹੀ ਲੜਦੇ ਆ ਵੈਰੀ ਗੁੱਡ ਗੁੱਡ ਜੋਬ ਜਾਂ ਕੋਈ ਕਹਿ ਦਿੰਦਾ ਡਰਾਮੇਬਾਜ਼ ਨੌ ਟੰਕੀ ਜਿਵੇਂ ਉਹਨਾਂ ਦੇ ਘਰੇ ਦੁੱਧ ਮੋਦੀ ਸਾਹਿਬ 50 ਰੁਪਏ 60 ਰੁਪਏ ਦੀ ਥਾਂ ਤੇ 2 ਰੁਪਏ ਕਿਲੋ ਪਾ ਦਿੰਦਾ ਉਹ ਤਾਂ ਲਿਖਦੇ ਆ ਮੇਰੇ ਬਾਰੇ ਸੋ ਇਹ ਸਨ ਵਿਜੇ ਕੁਮਾਰ ਸਾਬਕਾ ਇੱਕ ਸੀ ਜਿਨ੍ਹਾਂ ਨੇ ਕਿਹਾ ਵੀ ਸਾਨੂੰ ਪ੍ਰਦਰਸ਼ਨ ਕਰਨਾ ਚਾਹੀਦਾ ਲੋਕ ਜਿਹੜੇ ਪ੍ਰਦਰਸ਼ਨ ਨਹੀਂ ਕਰਦੇ ਇਸ ਕਰਕੇ ਦੁੱਧ ਦੇ ਜਿਹੜੇ ਰੇਟ ਆ ਉਹ ਘਟਦੇ ਨਹੀਂ ਤੇ ਹਮੇਸ਼ਾ ਹੀ ਇਹ ਵੱਖਰੀ ਤੌਰ ਤੇ ਪ੍ਰਦਰਸ਼ਨ ਕਰਦੇ ਰਹਿੰਦੇ ਨੇ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ